बहुत खुशी है जी, साडा जवाई साहब खड़िया जी। ये तो हुण जिहड़े आजाद उम्मीदवार हैं, कोई जिहदी सोच चंगी है जी, कोई बंदे करप्शन चक सकदे। जिद्दण दे आजाद होए हैं जी, अज तक कदे इलैक्शन नहीं हुई, सर्वसम्मति नाल पंचायत बन गई। पिंड है जी नगड़ गढ़िया, भाई है, सस है, सहुरा साहब है, सारा परिवार खड़ा। साडे पिता महाराज की एड्डी बड़ी कृपा है, जिते जाने वो रैली का रूप धार जाता है। बूटा गरीबा दियाँ टक्कर बड़िया गल है, नहीं तो फिर अपनी मर्जी तो करी ही जाने, बदलाव जरूरी है, कहना बदलाव जरूरी है। यही कहूँगा हर पिंड इस तरह सरपंच चुनाव चाहिए, सा पिंड एकजुट है, जिस पास सारे तुरते इस एक पास तुरते सारे। ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਅਮਰਜੀਤ ਧਮਾਨ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਨੱਗਲ ਗੜੀਆ ਪਿੰਡ ਜੋ ਕਿ ਹਲਕਾ ਖਰੜ ਦੇ ਵਿੱਚ ਪੈਂਦਾ ਇੱਥੇ ਮੌਜੂਦ ਹਾਂ। ਸੋ ਆਜ਼ਾਦ ਉਮੀਦਵਾਰ ਬਲਜੀਤ ਸਿੰਘ ਲਾਡੀ ਜਿਨ੍ਹਾਂ ਦਾ ਚੋਣ ਨਿਸ਼ਾਨ ਸੇਬ ਜਾਣੀ ਕਿ ਐਪਲ ਹੈ, ਸੋ ਇਸ ਪਿੰਡ ਦੇ ਵਿੱਚ ਇਹ ਉਹਨਾਂ ਦਾ ਸਹੁਰਾ ਪਰਿਵਾਰ ਵੀ ਹੈ, ਸਹੁਰਾ ਪਿੰਡ ਵੀ ਹੈ, ਅਤੇ ਇੱਥੇ ਉਹ ਕੰਪੇਨਿੰਗ ਕਰ ਰਹੇ ਨੇ। ਅਤੇ ਆਓ ਇੱਥੋਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਤੇ ਤਸਵੀਰਾਂ ਦੇਖਣ ਦੇ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ। ਬਲਜੀਤ ਸਿੰਘ ਲਾਡੀ ਜੀ, ਅੱਜ ਜੋ ਕਿ ਕੰਪੇਨਿੰਗ ਕੀਤੀ ਜਾ ਰਹੀ ਹੈ ਡੋਰ ਟੂ ਡੋਰ, ਕਿਹੜੇ ਪਿੰਡ ਕੀਤੀ ਜਾ ਰਹੀ ਹੈ, ਦੱਸਣਾ ਚਾਹੋਗੇ? ਇਹ ਸਾਡਾ ਆਪਣਾ ਹੀ ਪਿੰਡ ਹੈ ਜੀ, ਨੱਗਲ ਗੜੀਆਂ। ਜੋ ਮੇਰੇ ਸਹੁਰੇ ਹੈ, ਇਹ ਮੇਰੀ ਵਾਈਫ ਹੈ, ਇਹ ਸੱਸ ਹੈ, ਇਹ ਸਹੁਰਾ ਸਾਹਿਬ ਹੈ, ਸਾਰਾ ਪਰਿਵਾਰ ਖੜ੍ਹਾ ਹੈ, ਡੋਰ ਟੂ ਡੋਰ ਘੁੰਮ ਰਹੇ ਹਾਂ। ਕਹਿੰਦੇ ਵੀ ਚੱਲ ਦੋ ਮਿੰਟ ਤੁਸੀਂ ਵੀ ਹਾਜ਼ਰੀ ਲਵਾਓ, ਮੈਂ ਕਿਹਾ ਸਾਨੂੰ ਵੀ, ਅਸੀਂ ਵੀ ਕਬੂਲ ਕਰ ਲੈਂਦੇ ਹਾਂ। ਬਹੁਤ ਰਿਸਪੌਂਸ ਮਿਲ ਰਿਹਾ, ਮਹਾਰਾਜ ਦੀ ਬਹੁਤ ਜ਼ਿਆਦਾ ਕਿਰਪਾ, ਸਾਡੇ 'ਤੇ ਭਰਵਾਂ ਹੱਥ ਹੈ ਜਿਹੜਾ ਸਾਨੂੰ ਐਡਾ ਬੜਾ ਮਾਣ ਬਖਸ਼ਿਆ। ਮੈਂ ਕਹਿੰਦਾ ਅਸੀਂ ਬਿਆਨ ਨਹੀਂ ਕਰ ਸਕਦੇ, ਰਿਣੀ ਹੈ ਪਰਿਵਾਰਾਂ ਦੇ ਸਭ ਦੇ, ਵੀ ਸਾਨੂੰ ਐਡਾ ਬੜਾ ਮਾਣ ਬਖਸ਼ਿਆ। ਲਾਡੀ ਜੀ, ਤੁਹਾਨੂੰ ਪਿੰਡਾਂ ਦੇ ਵਿੱਚ ਲੱਡੂ ਨਾਲ ਤੋਲਿਆ ਜਾ ਰਿਹਾ, ਕਦੀ ਸੋਚਿਆ ਸੀਗਾ ਸੁਪਨੇ 'ਚ ਮਤਲਬ ਕਿ ਮੈਂ MLA ਦੀ ਸੀਟ ਲੜੂੰਗਾ ਅਤੇ ਲੱਡੂ ਉਹਨਾਂ ਦਾ ਤੋਲਿਆ ਜਾਊਗਾ ਪਿੰਡਾਂ ਦੇ ਵਿੱਚ, ਮੈਨੂੰ ਐਡਾ ਸਮਰਥਨ ਮਿਲ ਰਿਹਾ ਤੁਹਾਨੂੰ? ਨਹੀਂ ਨਹੀਂ, ਪਤਾ ਕਿਆ ਜੀ, ਸਭ ਤੋਂ ਬੜੀ ਗੱਲ ਤਾਂ ਇਹ ਹੈ ਵੀ ਜਦੋਂ ਕੋਈ ਆਜ਼ਾਦ ਉਮੀਦਵਾਰ ਖੜ੍ਹਦਾ ਨਾ, ਉਹਨੂੰ ਤਾਂ ਜਿਹੜੇ 10-20 ਬੰਦੇ ਇਕੱਠੇ ਕਰਨੇ ਹੁੰਦੇ ਆ ਉਹਦਾ ਹੀ ਬਹੁਤ ਬੜਾ ਤਕਲੀਫ ਜਾਂ ਦੁੱਖ ਲੱਗਦਾ, ਵੀ ਬਹੁਤ ਮਿਹਨਤ ਕਰਨੀ ਪੈਂਦੀ ਉਹਦੇ ਵਾਸਤੇ। ਸਾਡੇ ਪਰ ਤਾਂ ਮਹਾਰਾਜ ਦੀ ਐਡੀ ਬੜੀ ਕਿਰਪਾ, ਜਿੱਥੇ ਜਾਂਦੇ ਆ ਉਹ ਰੈਲੀ ਦਾ ਰੂਪ ਧਾਰ ਜਾਂਦਾ। ਇੱਕ ਪਾਸੇ ਵੱਡੇ ਲੀਡਰ ਨੇ, 200-300 ਕਰੋੜ ਦੇ ਮਾਲਕ ਨੇ, ਪਰ ਤੁਸੀਂ ਗਰੀਬ ਵਿਅਕਤੀ ਹੋ, ਕੀ ਕਹਿਣਾ ਚਾਹੋਗੇ? ਬਹੁਤ ਵੱਡੀ ਟੱਕਰ ਆ ਤੁਹਾਡੀ। ਦੇਖੋ, ਇਹ ਟੱਕਰ ਬਸ਼ੱਕ ਦੀ ਵੱਡੀ ਹੈ, ਪਰ ਜਿਹੜਾ ਵੋਟਰ ਆ ਉਹ ਗਰੀਬ ਹੈ, ਵੋਟਾਂ ਗਰੀਬਾਂ ਦੀਆਂ, ਟੱਕਰਾਂ ਬੜਿਆਂ ਗੱਲ ਹੈ, ਅਸੀਂ ਉਹਨਾਂ ਨੂੰ ਢਾਣਾ ਹੈ। ਤੇ ਅੱਜ ਸਾਰੇ ਪਿੰਡ ਦੇ ਵਿੱਚ ਡੋਰ ਟੂ ਡੋਰ ਜਾਓਗੇ? ਹਾਂਜੀ ਹਾਂਜੀ। ਤੇ ਅਖੀਰ ਵਿੱਚ ਕੀ ਕਹਿਣਾ ਚਾਹੋਗੇ ਪਿੰਡ ਨਿਵਾਸੀਆਂ ਨੂੰ? ਇਹੀ ਅਪੀਲ ਕਰੂੰਗੇ ਵੀ ਇਸ ਨਿਮਾਣੇ ਜਿਹੇ ਗਰੀਬ ਨੂੰ ਝੋਲੀ ਭਰੋ, ਇਹਦੀ ਜੋ ਕਿ ਤੁਹਾਡੇ ਪਿੰਡ ਦਾ ਰਿਸ਼ਤੇਦਾਰ ਹੈ, ਸਾਰਾ ਕੁਛ ਹੈ, ਵੀ ਹੁਣ ਕਿਰਪਾ ਤੁਸੀਂ ਕਰਨੀ ਆ, ਮੈਨੂੰ ਹੌਸਲਾ ਵਧਾਈ ਤੁਸੀਂ ਦੇਣੀ ਆ। ਇਹ ਮੇਰੇ ਸੱਸ ਖੜ੍ਹੇ ਆ, ਸਹੁਰਾ ਸਾਹਿਬ ਖੜ੍ਹੇ ਆ। ਅੱਗੇ ਜੀ ਤੁਸੀਂ ਕੀ ਕਹਿਣਾ ਚਾਹੋਗੇ, ਜਿੱਦਾਂ ਬਲਜੀਤ ਸਿੰਘ ਲਾਡੀ ਨੇ ਇੱਦਾਂ ਬੜਾ ਹੌਸਲਾ ਕਰਕੇ ਵੱਡੇ ਲੀਡਰ ਨਾਲ ਟੱਕਰ ਲੈਣ ਦੀ, ਕੋਈ ਇੱਕ ਚੰਗੀ ਸੋਚ ਨੂੰ ਲੈ ਕੇ ਇਲਾਕੇ ਦੇ ਵਿੱਚ ਖੜ੍ਹਨੇ, ਖਰੜ ਹਲਕੇ 'ਚ ਕੀ ਕਹਿਣਾ ਚਾਹੋਗੇ ਜੀ? ਇਹ ਤਾਂ ਹੁਣ ਠੀਕ ਹੀ ਹੈ ਜੀ, ਵੀ ਜਿਹੜਾ ਹੁਣ ਬੰਦੇ 'ਚ ਅਸੀਂ ਜਾਗਰਿਤ ਜਾਗੂਗੇ ਤਾਂ ਹੀ ਮਤਲਬ ਇਹਨਾਂ ਦਾ ਸੋਝੀ ਆਊਗੀ ਮਾੜੀ ਮੋਟੀ ਇਹਨਾਂ ਨੂੰ, ਨਹੀਂ ਤਾਂ ਫਿਰ ਆਪਣੀ ਮਰਜ਼ੀ ਤਾਂ ਕਰੀ ਹੋ ਜਾਂਦੇ। ਬਦਲਾਓ ਜ਼ਰੂਰੀ ਹੈ, ਕਹਿਣ ਦਾ ਬਦਲਾਓ ਜ਼ਰੂਰੀ ਹੈ ਜੀ। ਹਾਂਜੀ ਆਂਟੀ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜਿੱਦਾਂ ਬਲਜੀਤ ਸਿੰਘ ਲਾਡੀ ਜੀ ਮਤਲਬ ਕਿ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਕਰ ਰਹੇ ਨੇ ਕੰਪੇਨਿੰਗ ਡੋਰ ਟੂ ਡੋਰ, ਕਿਵੇਂ ਦਾ ਲੱਗ ਰਿਹਾ ਜੀ? ਬਹੁਤ ਵਧੀਆ ਲੱਗਦਾ ਹੈ ਜੀ, ਐਡਾ ਬੜਾ ਹੌਸਲਾ ਚੱਕਣਾ ਵੀ ਔਖਾ ਹੈਗਾ ਗਰੀਬ ਬੰਦੇ ਨੂੰ, ਪਰ ਇਹ ਬਹੁਤ ਇਹਦਾ ਹੌਸਲਾ ਜੀ ਜਿਹੜਾ ਇੱਥੇ ਤੱਕ ਪਹੁੰਚ ਗਿਆ ਖੜ੍ਹਾ, ਅਸੀਂ ਇਹਦੇ ਨਾਲ ਖੜ੍ਹੇ ਹਾਂ ਜੀ। ਅੱਜ ਸਾਰੇ ਪਿੰਡ ਦੇ ਵਿੱਚ ਮਤਲਬ ਕਿ ਜਾਊਂਗੇ ਜੀ? ਹਾਂਜੀ ਹਾਂਜੀ ਹਾਂਜੀ, ਸਾਰੇ ਨਾਲ ਨਾਲ ਜਾਊਂਗੇ, ਸਾਰੇ ਪਿੰਡਾਂ ਮਹੋਰਾਂ ਵੀ ਜਾਊਂਗੇ ਜੀ। ਅਤੇ ਪਿੰਡ ਦੇ ਵਿੱਚ ਪੂਰੀ ਸਪੋਰਟ ਮਿਲ ਰਹੀ? ਪੂਰੀ ਸਪੋਰਟ ਮਿਲ ਰਹੀ ਹੈ, ਸਾਡੇ ਪਿੰਡ ਦੀ ਵਰਗੀ ਤਾਂ ਸਪੋਰਟ ਕਿਤੇ ਮਿਲਣੀ ਨਹੀਂ ਜੀ ਹੈਗੀ। ਠੀਕ ਹੈ ਜੀ। ਹਾਂ, ਇੱਕ ਬੰਦਾ ਖੜ੍ਹ ਜਾਵੇ ਜਿੱਥੇ ਉੱਧਰ ਨੂੰ ਸਾਰੇ ਜਾਊਂਗੇ। ਸਾਡੇ ਪਿੰਡ ਮਾ ਤਾਂ ਅੱਜ ਥਾਈ ਕਦੀ ਵੋਟ ਨਹੀਂ ਪਈ ਸਰਪੰਚ ਜੀ ਦੀ ਪਿੰਡ ਦੇ ਵਿੱਚ? ਹਾਂ, ਪਿੰਡ ਵਿੱਚ ਕਦੀ ਵੀ ਨਹੀਂ ਪਈ ਜੀ। ਸਰਬ ਸਹਿਮਤੀ ਨਾਲ ਬਣ? ਹਾਂਜੀ, ਸਰਬ ਸਹਿਮਤੀ ਨਾਲ ਬਣ ਗਏ। ਠੀਕ ਹੈ।
70 साल है जी। कभी देखे जी भी इदा के गरीब परिवार एक आजाद उम्मीदवार खड़े हो रहे ने भी खरड़ हल्के जो कभी देखे जी अज नहीं जी अगे असी कद नहीं तो देखे जी हूँ जागृति हो आई है लोगों हाँ जी आजाद उम्मीदवार है कोई जी सोच चंगी है जी ओ बंदे करप्शन चक सकते पिंड पंचायत मतलब की किवें दी है जी सर्वसहमति नाल बनाई साडा तां जी जिद्दण दे आजाद होए है जी अज तक कदे इलेक्शन नहीं हुई सर्वसम्मति नाल पंचायत बनती रही पिंड दे विच पिंड दे विच मतलब कि 10-15 सालां तो जो उस तो पहला भी उदो पहला भी जी 40-50 60-70 साल हो गए जी 60-70 साल तो पहला हां जी हां जी सर्वसम्मति नाल पंचायत सर्वसम्मति नाल बनी अज तक इलेक्शन नहीं हुई कदे वोटा नहीं पईया पिंड दे कदे भी नहीं हां साडे पिंड दा एका बहुत है जी ठीक है जी हां जी हां जी ए बलजीत सिंह लाडी जी तुहाडे पिंड दे जवाई ने जो आजाद उम्मीदवार खड़े ने की कहना चाहुंदे इहनां बारे इन्हों बारे तो अं यही कहना चाहते ठीक है जी बंद जागृति आई है जी दे अपना जागृति गल अपना बुलंद हौसले गल अपना कम करूंगे असं इन्हों आजाद सफल बनाऊंगे जी पिंड की साड़ी जी जिनी भी वोट है जी सारे एकजुट होकर यदि मदद करूंगे जी हाँ जी बहुत खुशी है जी साडा जवाई साहब खड़िया जी हां बहुत खुशी है जी तुसी इस पिंड दे सरपंच हो पिंड नगलगड़ियां सर्वसम्मति दे नाल इत्थे हमेशा ही पंचायत चुनी आंदी रही है की कहना थोड़ा जनता नूं देखो जी असी तां यही कहोंगे हर पिंड दे विच इस तरह सर्वसम्मति नाल चुनाउणी चाहीदी है आपसी भाईचारक सांझ बना के रखनी चाहिए है और किसी भी तरह भी पार्टी तो उठ के अपने पिंड हितों वास्ते कम करना चाहिए। कदे ऐसा होया कि जिहड़ी कि चलो पंचायती चोणां दौरान तो असीं समझ लिया कि सर्वसम्मति हो जाती है हाँ जी ते कदे ऐसे कदे टकराव की स्थिति पैदा हुई कि जदों आपां MLA इलैक्शन की गल कर लईए विधानसभा इलैक्शन की गल कर लईए या फिर MP इलैक्शन की गल कर लईए कि उस टाइम पर ਇਹ ਸਥਿਤੀ ਐਸੀ ਕਦੇ ਬਣੀ ਹੋਵੇ ਟਕਰਾਅ ਦੀ ਕਿ ਨਹੀਂ ਜੀ ਅਸੀਂ ਕਾਂਗਰਸ ਨੂੰ ਜਾਣਾ ਅਸੀਂ ਅਕਾਲੀਆਂ ਨੂੰ ਜਾਣਾ ਅਸੀਂ BSP ਨੂੰ ਜਾਣਾ ਜਾਂ ਅਸੀਂ ਆਮ ਆਦਮੀ ਪਾਰਟੀ ਨੂੰ ਜਾਣਾ ਜਾਂ ਹੋਰ ਪਾਸੇ ਨੂੰ ਜਾਣਾ ਕਦੇ ਇਸ ਤਰ੍ਹਾਂ ਦਾ ਟਕਰਾਅ ਕਦੇ ਨਹੀਂ ਸਾਡੇ ਪਿੰਡ ਵਿੱਚ ਇੱਦਾਂ ਦਾ ਕਦੇ ਟਕਰਾਅ ਨਹੀਂ ਹੋਇਆ ਜੀ ਮੈਨੂੰ ਮਾਣ ਹੈ ਇਸ ਗੱਲ ਦਾ ਆਪਣੇ ਪਿੰਡ ਤੋਂ ਵੀ ਸਾਡੇ ਪਿੰਡ 'ਚ ਇੱਦਾਂ ਦੇ ਕੋਈ ਸਾਡਾ ਪਿੰਡ ਇੱਕਜੁੱਟ ਹੈ ਜਿਸ ਪਾਸੇ ਸਾਰੇ ਤੁਰਦੇ ਇਸ ਇੱਕ ਪਾਸੇ ਤੁਰਦੇ ਸਾਰੇ ਬੰਦੇ ਅਤੇ ਜਨਤਾ ਨੂੰ ਪੰਜਾਬੀ ਪੰਜਾਬ ਸੂਬੇ ਨੂੰ ਕੀ ਕਹਿਣਾ ਇਸ ਮੌਕੇ ਇਹੋ ਕਹਾਂਗੇ ਭਾਈ ਚੋਣ ਦਾ ਦੌਰ ਚੱਲ ਰਿਹਾ ਵੋਟ ਦਾ ਅਧਿਕਾਰ ਸਭ ਨੂੰ ਹੈ ਸਾਰੇ ਵੋਟ ਪਾਓ ਪਰ ਬੰਦਾ ਦੇ ਕੇ ਵੋਟ ਪਾਓ ਵਧੀਆ ਜਿਹੜਾ ਵਧੀਆ ਕੰਮ ਕਰਦਾ ਜਨਤਾ ਦੇ ਕੰਮ ਆਉਂਦਾ ਉਹਨੂੰ ਵੋਟ ਪਾਓ।